ਚੰਡੀਗੜ੍ਹ ਦੇ ਲੋਕਾਂ ਨੂੰ ਨਹੀਂ ਮਿਲੇਗਾ ਮੁਫਤ ਪਾਣੀ। ਬਨਵਾਰੀ ਲਾਲ ਪੁਰੋਹਿਤ ਨੇ ਪਾਈ ਝਾੜ, ਕਿਹਾ ਲੋਕਾਂ ਨੂੰ ਮੂਰਖ ਨਾ ਬਣਾਓ। ਜਿਹਾ ਪੰਜਾਬ ਰਾਜ ਭਵਨ ਦੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੇ ਵਿੱਚ ਬਨਵਾਰੀ ਲਾਲ ਪੁਰੋਹਿਤ ਨੇ ਸਾਫ ਕਿਹਾ ਹੈ ਕਿ ਉਹ ਮੁਫਤ ਪਾਣੀ ਦੇ ਮਤੇ ਨੂੰ ਕਦੀ ਵੀ ਸਵੀਕਾਰ ਨਹੀਂ ਕਰਨਗੇ। ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਭਾਜਪਾ ਦੇ ਨਾਲ ਨਾਲ ਆਮ ਆਦਮੀ ਪਾਰਟੀ, ਕਾਂਗਰਸ ਗਠਜੋੜ ਨੂੰ ਵੀ ਤਾੜਨਾ ਕਰਦਿਆਂ ਕਿਹਾ ਹੈ ਕਿ ਇੱਕ ਪਾਰਟੀ ਨੇ 20,000 ਲੀਟਰ ਪਾਣੀ ਮੁਫਤ ਦੇਣ ਦੀ ਗੱਲ ਆਖੀ ਤਾਂ ਦੂਜੀ ਨੇ 40,000 ਲੀਟਰ ਪਾਣੀ ਦੇਣ ਦਾ ਵਾਅਦਾ ਕੀਤਾ। ਜਨਤਾ ਨੂੰ ਇਸ ਤਰ੍ਹਾਂ ਮੂਰਖ ਨਾ ਬਣਾਇਆ ਜਾਏ। हमने स्कीम ली है चंडीगढ़ को सबसे सुंदर और टॉप में बनाने के लिए। आई डोंट लाइक इट एज एडमिनिस्ट्रेशन। आई गुड कायदे से काम करो, अच्छा करो, पूरा सपोर्ट मेरा रहेगा और पूरे यूटी का सपोर्ट रहेगा। ये हम कहते हैं लोगों को मूर्ख बनाना गलत काम। आई डोंट लाइक एंड आई विल नॉट अलाउ। आप कांग्रेस ने कहा कि वो 20,000 लीटर पानी मुफ्त देंगे, जबकि भाजपा ने कहा कि 40,000 लीटर पानी मुफ्त देवेगी। प्रशासक ने कहा है कि उन्हां दा किसी भी सियासी पार्टी ना कोई लेना देना नहीं है, पर पार्टियां नू जनता नाल उही वादे करने चाहिए ने जो पूरे किते जा सकते ने। जदों चंडीगढ़ ने 24 घंटे पानी दे प्रोजेक्ट लई 15 सालां दा समझौता कीता है तां मुफ्त पानी किवें दित्ता जा सकता है? अजे स्थिति दे विच लोकां नू मूर्ख क्यों बनाया जावे? ਦੱਸਦੇ ਕਿ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਮੇਅਰ ਦੇ ਵੱਲੋਂ ਚੰਡੀਗੜ੍ਹ ਵਾਸੀਆਂ ਨੂੰ 20,000 ਲੀਟਰ ਮੁਫਤ ਪਾਣੀ ਦੇਣ ਦਾ ਮਤਾ ਲਿਆਂਦਾ ਗਿਆ, ਜੋ ਕਿ ਨਗਰ ਨਿਗਮ ਦੇ ਵਿੱਚ ਲਿਆਂਦਾ ਗਿਆ, ਤੇ ਇਸੇ ਮਤੇ ਦੇ ਮੁਤਾਬਿਕ ਚੰਡੀਗੜ੍ਹ ਦੇ ਵਿੱਚ 20,000 ਲੀਟਰ ਪਾਣੀ ਮੁਫਤ ਦੇਣ ਦੀ ਗੱਲ ਆਖੀ ਗਈ। ਪਰ ਇਸ ਤੇ ਬਨਵਾਰੀ ਲਾਲ ਪੁਰੋਹਿਤ ਨੇ ਨਾਰਾਜ਼ਗੀ ਜਤਾਈ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬਿਨਾਂ ਏਜੰਡੇ ਤੋਂ ਮੁਫਤ ਪਾਣੀ ਦਾ ਮਤਾ ਕਿਵੇਂ ਲਿਆਂਦਾ ਜਾ ਸਕਦਾ ਹੈ? ਉਹਨਾਂ ਸਾਫ਼ ਕਿਹਾ ਹੈ ਕਿ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਤੇ ਅਜਿਹਾ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਸਾਫ ਤੌਰ ਤੇ ਕਿਹਾ ਹੈ ਕਿ ਇਸ ਮਤੇ ਨੂੰ ਕਦੀ ਵੀ ਸਵੀਕਾਰ ਨਹੀਂ ਕਰਨਗੇ। ਚੰਡੀਗੜ੍ਹ ਦੀ ਸਕੀਮ ਹੈ, ਮੇਰਾ ਪਾਰਟੀ ਤੇ ਲੈਣਾ ਦੇਣਾ ਨਹੀਂ। ਕੋਈ ਬੰਦ ਕਰੋ ਹੈ, ਉਹ ਆਖੇ ਵੀ ਦੋ ਕਰੋ ਬੀਜੇ ਕੋ, ਇਹ ਪੂਰਾ 20,000 ਦੇਣਗੇ ਫ੍ਰੀ, ਦੂਸਰਾ ਬੋਲਾ 40,000 ਦੇਣਗੇ, ਇਹ ਕਿਆ ਲੋਗੇ? ਇਹ ਤੋਂ ਹੈ ਨਹੀਂ। ਹਮੇ ਸਕੀਮ ਲਈ ਹੈ ਚੰਡੀਗੜ੍ਹ ਕੋ ਸਬਸੇ ਸੁੰਦਰ ਔਰ ਟੌਪ ਮੈਂ ਬਣਾਨੇ ਕੇ ਲੀਏ। ਆਈ ਡੋਂਟ ਲਾਈਕ ਇਟ ਐਜ ਐਡਮਿਨਿਸਟ੍ਰੇਸ਼ਨ। ਆਈ ਗੁੱਡ ਪੁਆਇੰਟ, ਕਾਇਦੇ ਸੇ ਕਾਮ ਕਰੋ, ਅੱਛਾ ਕਰੋ, ਪੂਰਾ ਸਪੋਰਟ ਮੇਰਾ ਰਹੇਗਾ ਔਰ ਪੂਰੇ ਯੂਟੀ ਦਾ ਸਪੋਰਟ ਰਹੇਗਾ। ਇਹ ਹਮ ਕਹਿੰਦੇ ਹੈ ਲੋਕੋ ਕੋ ਮੂਰਖ ਬਣਾਨਾ ਗਲਤ ਕਾਮ। ਆਈ ਡੋਂਟ ਲਾਈਕ।